ਇਹ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਮੌਕੇ ਇੱਕ ਹੋਰ ਚੰਗੀ ਖਬਰ ਤੁਹਾਨੂੰ ਦੇ ਦਿੰਨੇ ਆ ਦੋ ਦਿਨ ਪਹਿਲਾਂ ਇੱਕ ਚੰਗੀ ਖਬਰ ਤਾਂ ਤੁਸੀਂ ਸੁਣ ਹੀ ਚੁੱਕਿਓ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਦੀ ਜਿਹੜੀ ਕਿ ਜਿਹੜਾ ਕਿ ਕੇਂਦਰ ਸਰਕਾਰ ਨੇ ਪ੍ਰਕਾਸ਼ ਪੁਰਬ ਮੌਕੇ ਹੀ ਖੋਲਣ ਦਾ ਐਲਾਨ ਕੀਤਾ ਹੈ ਇਹ ਖਬਰ ਹੈ ਹਰਿਆਣਾ ਤੋਂ ਹੈ ਇੱਥੇ ਭਾਈਚਾਰੇ ਦੀ ਭਾਈਚਾਰਕ ਸਾਂਝ ਦੀ ਇੱਕ ਮਿਸਾਲ ਹੈ ਜਿਹੜੀ ਮੋੜ ਤੋਂ ਕਾਇਮ ਹੋਈ ਹੈ ਹਰਿਆਣਾ ਦੇ ਗੁਰੂਗਰਾਮ ਦੇ ਵਿੱਚ ਖੁੱਲੇ ਮੈਦਾਨ 'ਚ ਨਮਾਜ਼ ਅਦਾ ਕਰਨ ਦੇ ਮਾਮਲੇ ਵਿੱਚ ਜਿੱਥੇ ਲਗਾਤਾਰ ਸਿਆਸਤ ਅਤੇ ਵਿਵਾਦ-ਵਾਦਾ ਜਾ ਰਿਹਾ ਹੈ ਇਸੇ ਦਰਮਿਆਨ ਗੁਰੂ ਘਰਾਂ ਦੀ ਇੱਕ ਸਥਾਨਕ ਜਥੇਬੰਦੀ ਨੇ ਇੱਥੇ ਨਮਾਜ਼ ਅਦਾ ਕਰਨ ਦੇ ਲਈ ਗੁਰੂ ਘਰ ਦੇ ਦਰਵਾਜ਼ੇ ਖੋਲਣ ਦਾ ਐਲਾਨ ਕਰ ਦਿੱਤਾ ਗੁਰੂਗ੍ਰਾਮ ਦੀ ਗੁਰਦੁਆਰਾ ਸਿੰਘ ਸਭਾ ਕਮੇਟੀ ਦੇ ਤਹਿਤ ਪੰਜ ਗੁਰਦੁਆਰੇ ਆਉਂਦੇ ਨੇ ਜਿਸ ਕਮੇਟੀ ਨੇ ਇਹ ਐਲਾਨ ਕੀਤਾ ਇੱਕ ਗੁਰਦੁਆਰਾ ਸਦਰ ਬਾਜ਼ਾਰ ਮੰਡੀ ਵਿੱਚ ਦੂਜਾ ਮੈਦਾਨਤਾ ਦੇ ਕੋਲੇ ਸੈਕਟਰ 39 ਇੱਕ ਸੈਕਟਰ 46 ਵਿੱਚ ਇੱਕ ਜੈਕਪੁਰਾ ਤੇ ਇੱਕ ਮਾਡਲ ਟਾਊਨ ਦੇ ਵਿੱਚ ਹੈ ਪੰਜ ਗੁਰਦੁਆਰਾਂ ਦੀ ਇੱਕ ਕਮੇਟੀ ਹੈ ਜਿਸ ਨੇ ਐਲਾਨ ਕੀਤਾ ਹਾਲਾਂਕਿ ਇਹਨਾਂ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਦੀ ਇਜਾਜ਼ਤ ਵੀ ਲਵਾਂਗੇ ਕਮੇਟੀ ਦੇ ਇੱਕ ਮੈਂਬਰ ਹੈਰੀ ਸੰਧੂ ਨੇ ਕਿਹਾ ਕਿ ਕਾਫੀ ਦੁਖਦ ਹੈ ਕਿ ਮੁਸਲਮਾਨਾਂ ਦੇ ਖੁੱਲੇ ਵਿੱਚ ਨਮਾਜ਼ ਅਦਾ ਕਰਨ ਦਾ ਵਿਰੋਧ ਕੀਤਾ ਜਾ ਰਿਹਾ ਹੈ ਖੁੱਲੇ ਮੈਦਾਨ 'ਚ ਉਹਨਾਂ ਨੂੰ ਨਿਵਾਜ਼ ਨਹੀਂ ਆਦਾ ਕਰਨ ਦਿੱਤੀ ਜਾ ਰਹੀ ਮਨੋਹਰ لال ਖੱਟਰ ਦੇ ਰਾਜ ਦੇ ਵਿੱਚ ਪਰ ਕਹਿੰਦੇ ਸਾਡੇ ਗੁਰੂ ਘਰ ਦੇ ਦਰਵਾਜ਼ੇ ਹਮੇਸ਼ਾ ਹਰ ਕਿਸੇ ਦੇ ਲਈ ਖੁੱਲੇ ਨੇ ਜੇ ਮੁਸਲਮਾਨਾਂ ਨੂੰ ਆਪਣੇ ਨਮਾਜ਼ ਕਰਨ ਦੀ ਥਾਂ ਲੱਭਣ ਦੇ ਵਿੱਚ ਦਿੱਕਤ ਹੋ ਰਹੀ ਹੈ ਤਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਉਹ ਗੁਰਦੁਆਰੇ 'ਚ ਆਉਣ ਨਮਾਜ਼ ਅਦਾ ਕਰਨ ਉਹਨਾਂ ਨੇ ਕਿਹਾ ਕਿ ਹਾਲਾਂਕਿ ਗੁਰਦੁਆਰੇ ਦੇ ਵਿੱਚ ਇੱਕ ਸਮੇਂ ਦੇ ਵਿੱਚ ਹੀ ਹਜ਼ਾਰਾਂ ਲੋਕ ਆ ਸਕਦੇ ਨੇ ਪਰ ਕਰੋਨਾ ਨਿਯਮਾਂ ਦੇ ਤਹਿਤ ਅਸੀਂ ਛੋਟੇ-ਛੋਟੇ ਗਰੁੱਪਾਂ ਦੇ ਵਿੱਚ ਹੀ ਇਜਾਜ਼ਤ ਦੇਵਾਂਗੇ ਮੁਸਲਿਮ ਭਾਈਚਾਰੇ ਨੂੰ ਕਮੇਟੀ ਦੇ ਇੱਕ ਹੋਰ ਮੈਂਬਰ ਸ਼ੇਰ ਦਿਲ ਸਿੰਘ ਨੇ ਕਿਹਾ ਕਿ ਗੁਰਦੁਆਰੇ ਦਾ ਮਤਲਬ ਹੁੰਦਾ ਹੈ ਗੁਰੂ ਦਾ ਦਰਬਾਰ ਜਿੱਥੇ ਕੋਈ ਵੀ ਆ ਸਕਦਾ ਹੈ ਤੇ ਆਪਣੀ ਪ੍ਰਾਰਥਨਾ ਕਰ ਸਕਦਾ ਹੈ ਅਰਦਾਸ ਜੋਦੜੀ ਕਰ ਸਕਦਾ ਹੈ ਜੇ ਸਾਡੇ ਮੁਸਲਿਮ ਭਰਾਵਾਂ ਨੂੰ ਮੁਸ਼ਕਿਲ ਹੋ ਰਹੀ ਹੈ ਤਾਂ ਅਸੀਂ ਉਹਨਾਂ ਨੂੰ ਗੁਰਦੁਆਰੇ ਵਿੱਚ ਥਾਂ ਅਤੇ ਹਾਲ ਦੇ ਦੇਵਾਂਗੇ ਉਹਨਾਂ ਨੇ ਕਿਹਾ ਕਿ ਅਸੀਂ ਹਰ ਉਸ ਸ਼ਖਸ ਦਾ ਸਵਾਗਤ ਕਰਦੇ ਹਾਂ ਜੋ ਇੱਥੇ ਆ ਕੇ ਆਪਣੇ ਧਰਮ ਦੀ ਪ੍ਰਾਰਥਨਾ ਕਰਨੀ ਚਾਹੁੰਦਾ ਹੈ ਅਰਦਾਸ ਕਰਨੀ ਚਾਹੁੰਦਾ ਹੈ ਇਹ ਗੁਰਦੁਆਰਾ ਕਮੇਟੀ ਦੇ ਐਲਾਨ ਤੋਂ ਬਾਅਦ ਮੁ슬लिम ਕੌਮੀ ਮੰਚ ਦੇ ਚੇਅਰਮੈਨ ਖੁਰਸ਼ੀਦ ਰਜ਼ਾਕਾ ਨੇ ਕਿਹਾ ਕਿ ਅਸੀਂ ਗੁਰਦੁਆਰਾ ਕਮੇਟੀ ਦੇ ਐਲਾਨ ਦਾ ਬੇਹੱਦ ਸਵਾਗਤ ਕਰਦੇ ਹਾਂ ਕਹਿੰਦੇ ਹਰ ਕਿਸੇ ਨੂੰ ਸਿੱਖ ਭਾਈਚਾਰੇ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਦੂਸਰੇ ਮਜ਼ਹਬ ਦੇ ਮੰਨਣ ਵਾਲਿਆਂ ਦੀ ਵੀ ਮਦਦ ਕਰਨ ਦੇ ਲਈ ਸਾਨੂੰ ਹਮੇਸ਼ਾ ਅੱਗੇ ਰਹਿਣਾ ਚਾਹੀਦਾ ਹੈ ਇਹ ਸਿੱਖਣਾ ਚਾਹੀਦਾ ਸਾਨੂੰ ਸਿੱਖਾਂ ਤੋਂ ਤਾਂ ਕਿ ਬਾਕੀ ਲੋਕ ਨੇ ਜਿਹੜੇ ਉਹ ਆਪਣੇ ਮਜ਼ਹਬ ਦੇ ਮੁਤਾਬਿਕ ਆਪਣੀ ਪ੍ਰਾਰਥਨਾ ਜੋਦੜੀ ਕਰ ਸਕਣ ਬਿਨਾਂ ਕਿਸੇ ਅਰਚਨ ਤੇ ਬਿਨਾਂ ਕਿਸੇ ਟੋਕ ਟੋਕ ਦੇ ਰਜ਼ਾਕਾ ਨੇ ਇਹ ਵੀ ਕਿਹਾ ਕਿ ਪਹਿਲਾਂ ਵੀ ਅਜਿਹੇ ਕਈ ਮਾਮਲੇ ਨੇ ਜਦੋਂ ਮੁਸਲਮਾਨਾਂ ਨੇ ਦੂਸਰੇ ਭਾਈਚਾਰੇ ਦੇ ਧਾਰਮਿਕ ਥਾਵਾਂ ਤੇ ਜਾ ਕੇ ਨਮਾਜ਼ ਅਦਾ ਕੀਤੀ ਹੈ ਤੇ ਦੂਸਰਾ ਭਾਈਚਾਰਾ ਹਮੇਸ਼ਾ ਸਿੱਖ ਹੀ ਸਾਹਮਣੇ ਆਉਂਦਾ ਰਿਹਾ ਵੱਖ-ਵੱਖ ਥਾਵਾਂ ਤੋਂ ਜਦੋਂ ਵੀ ਆਪਾਂ ਨੂੰ ਖਬਰਾਂ ਮਿਲਣੀਆਂ ਨੇ ਤਾਂ ਇਹ ਮਿਸਾਲ ਹੈ ਇਹ ਇਤਿਹਾਸ ਹੈ ਇਹ ਰਿਕਾਰਡ ਹੈ ਕਿ ਗੁਰਦੁਆਰੇ ਦੇ ਵਿੱਚ ਹੀ ਮੁਸਲਮਾਨਾਂ ਨੂੰ ਨਮਾਜ਼ ਅਦਾ ਕਰਨ ਦੀ ਇਜਾਜ਼ਤ ਮਿਲੀ ਹੈ ਜਦੋਂ ਉਹਨਾਂ ਨੂੰ ਥਾਂ ਨਹੀਂ ਮਿਲਦੀ ਦਰਅਸਲ ਗੁਰੂਗ੍ਰਾਮ ਦੇ ਵਿੱਚ ਪਿਛਲੇ ਕੁਝ ਹਫ਼ਤਿਆਂ ਤੋਂ ਕੁਝ ਦੱਖਣ ਪੰਥੀ ਜਥੇਬੰਦੀਆਂ ਤੇ ਕੁਝ ਸਥਾਨਕ ਲੋਕਾਂ ਦੇ ਵਿਰੋਧ ਦੇ ਕਾਰਨ ਸ਼ੁੱਕਰਵਾਰ ਦੀ ਯਾਨੀ ਕਿ ਜੁਮਮੇ ਦੀ ਨਮਾਜ਼ ਅਦਾ ਕਰਨ ਦੇ ਲਈ ਪਹਿਲਾਂ ਜਿਹੜੀਆਂ ਥਾਵਾਂ ਦੀ ਇਜਾਜ਼ਤ ਦਿੱਤੀ ਹੋਈ ਸੀ ਉਹਦੇ ਵਿੱਚੋਂ ਜ਼ਿਆਦਾਤਰ ਥਾਵਾਂ ਦੀ ਇਜਾਜ਼ਤ ਰੱਦ ਕਰ ਦਿੱਤੀ ਗਈ ਹੈ ਯਾਨੀ ਕਿ ਬਹੁਤੀਆਂ ਥਾਵਾਂ ਤੇ ਹੁਣ ਲੋਕ ਮੁਸਲਿਮ ਭਾਈਚਾਰੇ ਦੇ ਨਮਾਜ਼ ਨਹੀਂ ਅਦਾ ਕਰ ਸਕਦੇ ਖੁੱਲੇ ਦੇ ਵਿੱਚ ਅਜਿਹੇ ਵਿੱਚ ਜਿਹੜਾ ਗੁਰਦੁਆਰਾ ਕਮੇਟੀ ਨੇ ਇਹ ਐਲਾਨ ਕੀਤਾ ਹੈ ਬਹੁਤ ਵੱਡਾ ਐਲਾਨ ਮੰਨਿਆ ਜਾ ਰਿਹਾ ਹੈ ਅਜਿਹੇ ਸਮੇਂ ਦੇ ਵਿੱਚ ਇਸ ਦੀ ਸ਼ਲਾਘਾ ਬੜੀ ਹੋ ਰਹੀ ਹੈ ਕਿ ਉਹ ਜੁਮੇ ਦੀ ਨਮਾਜ਼ ਗੁਰੂ ਘਰ ਦੇ ਵਿੱਚ ਕਰਨ ਦੀ ਇਜਾਜ਼ਤ ਦੇਣਗੇ